ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਜੀ ਸਾਡੇ YouTube ਚੈਨਲ ਹਰੀਕਾ ਜੌਬ ਅਲਰਟ ਤੇ ਦੋਸਤੋ ਜੇਕਰ ਤੁਸੀਂ ਚੈਨਲ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਹਰ ਨਵੀਂ ਅਪਡੇਟ ਦੇ ਲਈ ਤੇ ਦੋਸਤੋ ਲੁਧਿਆਣਾ ਦੇ ਵਿੱਚ ਸਟਾਫ ਫਰੋਸ਼ ਦੀਆਂ ਪੋਸਟਾਂ ਆਈਆਂ ਸੀਗੀਆਂ 160 ਅਸਾਮੀਆਂ ਸੀ ਜਿਦੇ ਵਿੱਚ ਜਨਰਲ ਦੀਆਂ 149 ਸੀਗੀਆਂ ਤੇ ਦੰਗਾ ਪੀੜਤ ਦੀਆਂ 8 ਸੀ ਅੱਤਵਾਦ ਪੀੜਤ ਦੀਆਂ 3 ਅਸਾਮੀਆਂ ਸੀ ਤਾਂ ਇਹਦੇ ਲਈ ਦੋਸਤੋ ਲਿਖਤੀ ਪ੍ਰੀਖਿਆ ਹੋਈ ਸੀ 31-10-2021 ਨੂੰ 1242 ਕੈਂਡੀਡੇਟਸ ਨੇ ਅਪਲਾਈ ਕੀਤਾ ਸੀਗਾ ਜਿਹਦੇ ਵਿੱਚੋਂ 973 ਕੈਂਡੀਡੇਟਸ ਨੇ ਪੇਪਰ ਦਿੱਤਾ ਤੇ ਪੇਪਰ ਦੇਣ ਤੋਂ ਬਾਅਦ ਦੋਸਤੋ ਇਹਨਾਂ ਨੇ ਕੈਂਡੀਡੇਟ ਸ਼ਾਰਟਲਿਸਟ ਕੀਤੇ ਆ 973 ਦੇ ਵਿੱਚੋਂ 471 ਕੈਂਡੀਡੇਟ ਟੋਟਲ ਸ਼ਾਰਟਲਿਸਟ ਕੀਤੇ ਆ ਉਹ ਮੈਂ ਤੁਹਾਨੂੰ ਦੱਸ ਦੇਣਾ ਕਿੱਦਾਂ ਕੀਤੇ ਆ ਜਿਵੇਂ ਜਨਰਲ ਦੀਆਂ 149 ਪੋਸਟਾਂ ਸੀ ਤਾਂ ਇਹਦੇ ਤਿੰਨ ਗੁਣਾ ਜਿਹੜੇ 447 ਕੈਂਡੀਡੇਟ ਜਿਹੜੇ ਸ਼ਾਰਟਲਿਸਟ ਕੀਤੇ ਆ ਪਲੱਸ ਜਿਹੜੀਆਂ 8 ਪੋਸਟਾਂ ਸੀ ਉਹ ਦੰਗਾ ਪੀੜਤ ਦੀਆਂ ਸੀ ਤੇ ਜਿਹਦੇ ਵਿੱਚੋਂ ਇਹਨਾਂ ਨੇ 24 ਕੈਂਡੀਡੇਟ ਜਿਹੜੇ ਸ਼ਾਰਟਲਿਸਟ ਕਰਨੇ ਸੀਗੇ ਤੇ ਬਟ ਜਿਹੜੇ ਇਸ ਕੈਟਾਗਰੀ ਦੇ ਵਿੱਚ ਕੁੱਲ ਪ੍ਰਖਿਆਰਥੀ ਸੀ ਉਹ 19 ਸੀਗੇ ਠੀਕ ਹੈ ਤਾਂ ਕਰਕੇ ਇਹਨਾਂ ਨੇ 19 ਕੈਂਡੀਡੇਟ ਇਹਦੇ ਵਿੱਚ ਐਡ ਕੀਤੇ ਆ ਪਲੱਸ ਅਤਵਾਦ ਪੀੜਤ ਦੇ 3 ਸੀਗੇ ਤੇ 9 ਕੈਂਡੀਡੇਟ ਇਹਨਾਂ ਨੇ ਸ਼ਾਰਟਲਿਸਟ ਕਰਨੇ ਸੀ 3 ਗੁਣਾ ਤੇ ਹੁਣ ਇਹਨਾਂ ਨੇ ਸ਼ਾਰਟਲਿਸਟ ਪੰਜ ਕੀਤੇ ਕਿਉਂਕਿ ਪੰਜ ਟੋਟਲ ਪੰਜ ਕੈਂਡੀਡੇਟਸ ਨੇ ਹੀ ਇਹਦਾ ਪੇਪਰ ਦਿੱਤਾ ਸੀਗਾ ਤੇ ਜਿਹੜੇ ਟੋਟਲ 471 ਕੈਂਡੀਡੇਟ ਸ਼ਾਰਟਲਿਸ ਕੀਤੇ ਆ ਤੇ ਇਹਨਾਂ ਨੇ ਲਿਸਟਾਂ ਪਾਈਆਂ ਨੇ ਤਿੰਨੋਂ categories ਦੀਆਂ ਅਲੱਗ-ਅਲੱਗ ਜਨਰਲ ਦੇ ਲਈ ਦੰਗਾ ਪੀੜਤ ਦੇ ਲਈ ਤੇ ਅੱਤਵਾਦ ਪੀੜਤ ਦੇ ਲਈ ਤਿੰਨੋਂ ਦੀਆਂ ਲਿਸਟਾਂ ਤੁਸੀਂ ਚੈੱਕ ਕਰ ਸਕਦੇ ਹੋ ਤੇ ਉਹ ਵੀ ਮੈਂ ਤੁਹਾਨੂੰ ਦਿਖਾ ਵੀ ਦੇਣਾ ਲਿਸਟ ਕਿੱਦਾਂ ਦੀ ਆ ਤੇ ਇਹਦੇ ਵਿੱਚ ਜਿਹੜੀਆਂ ਮਹੱਤਵਪੂਰਨ ਚੀਜ਼ਾਂ ਨੇ ਧਿਆਨ ਦੇਣ ਵਾਲੀਆਂ ਉਹ ਇਹ ਆ ਦੋਸਤੋ ਕਿ ਇਹਨਾਂ ਨੇ ਦੱਸਿਆ ਕਿ ਇੰਟਰਵਿਊ ਲਈ ਬੁਲਾਏ ਜਾਣਗੇ 471 ਉਮੀਦਵਾਰ ਤੇ ਇੰਟਰਵਿਊ ਦੇ ਲਈ ਇਹਨਾਂ ਨੇ ਦੱਸਿਆ ਕਿ ਇੰਟਰਵਿਊ ਦਾ ਸਥਾਨ ਮਿਤੀ ਅਤੇ ਸਮਾਂ ਬਾਰੇ ਉਮੀਦਵਾਰਾਂ ਨੂੰ ਈਮੇਲ ਜਾਂ ਈਮੇਲ ਅਤੇ ਮੋਬਾਈਲ ਮੈਸੇਜ ਰਾਹੀਂ ਵੱਖਰੇ ਤੌਰ ਤੇ ਸੂਚਿਤ ਕੀਤਾ ਜਾਵੇਗਾ ਇਸ ਲਈ ਤੁਸੀਂ ਆਪਣਾ ਨੰਬਰ ਵਗੈਰਾ ਚੱਲਦਾ ਰੱਖਣਾ ਜਿਹੜਾ ਤੁਸੀਂ ਫਿਲ ਕੀਤਾ ਹੋਇਆ ਸੀ ਤੇ ਨਾਲ ਇਹਨਾਂ ਨੇ ਦੱਸਿਆ ਕਿ ਇੰਟਰਵਿਊ ਲਈ ਬੁਲਾਏ ਜਾ ਰਹੇ ਇਹਨਾਂ 471 ਉਮੀਦਵਾਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਇੰਟਰਵਿਊ ਦੇ ਸਮੇਂ ਆਪਣੀਆਂ ਦੋ ਪਾਸਪੋਰਟ ਸਾਈਜ਼ ਫੋਟੋਆਂ 10ਵੀਂ ਦੇ ਸਰਟੀਫਿਕੇਟ ਰਿਹਾਇਸ਼ੀ ਪਤੇ ਦੇ ਸਬੂਤ ਦੀ ਅਸਲ ਅਤੇ ਫੋਟੋਕਾਪੀ ਆਪਣੇ ਨਾਲ ਨਿਸ਼ਚਿਤ ਤੌਰ ਤੇ ਨਾਲ ਲੈ ਕੇ ਆਉਣ ਦੇ پابੰਦ ਹੋਣਗੇ ਕਿਉਂਕਿ ਤੁਹਾਡੀ ਇੰਟਰਵਿਊ ਪਲੱਸ ਤੁਹਾਡੀ ਡਾਕੂਮੈਂਟ ਵੈਰੀਫਿਕੇਸ਼ਨ ਜਿਹੜੀ ਹੋਣੀ ਆ ਇਸ ਲਈ ਤੁਸੀਂ ਆਪਣੇ origignal documents ਜਿੰਨੇ ਵੀ ਹੈਗੇ ਆ ਪਲੱਸ ਤੁਸੀਂ ਫੋਟੋਕਾਪੀਜ਼ ਨਾਲ ਲੈ ਕੇ ਜ਼ਰੂਰ ਜਾਓ ਤੇ ਕੋਵਿਡ ਦੀ ਜਿਹੜੀ ਉੱਥੇ ਪ੍ਰੋਟੋਕੋਲ ਦੀ ਇਹਨਾਂ ਨੇ ਦੱਸਿਆ ਕਿ ਪਾਲਣਾ ਕਰਨੀ ਆ ਤੇ ਇਹਨਾਂ ਨੇ ਇੱਕ ਚੀਜ਼ ਹੋਰ ਲਿਖਿਆ ਕਿ ਇੰਟਰਵਿਊ ਲੈਣ ਉਪਰੰਤ ਲਿਖਤੀ ਟੈਸਟ ਅਤੇ ਵਿਦਿਅਕ ਯੋਗਤਾ ਅਤੇ ਇੰਟਰਵਿਊ ਵਿੱਚ ਪ੍ਰਾਪਤ ਅੰਕਾਂ ਦਾ ਜੋੜ ਕਰਨ ਪਰੰਥੀ ਮੈਰਿਟ ਅਨੁਸਾਰ ਫਾਈਨਲ ਨਤੀਜਾ ਘੋਸ਼ਿਤ ਕੀਤਾ ਜਾਏਗਾ ਤੇ ਮੈਂ ਤੁਹਾਨੂੰ ਲਿਸਟ ਦਿਖਾ ਦਿੰਨਾ ਤੇ ਦੋਸਤੋ ਇਹ ਲਿਸਟ ਹੈ ਜਿਹੜੇ ਕੈਂਡੀਡੇਟ ਸ਼ਾਰਟਲਿਸਟ ਕੀਤੇ ਆ ਜਨਰਲ ਕੈਟਾਗਰੀ ਦੀ ਲਿਸਟ ਹੈ ਤੁਸੀਂ ਆਪਣਾ ਰੋਲ ਨੰਬਰ ਨਾਮ ਤੇ ਫਾਦਰ ਨੇਮ ਇਹਦੇ ਚੈੱਕ ਕਰ ਸਕਦੇ ਹੋ ਤੇ ਇੱਕ ਜਿਹੜੀ ਇਹਦੇ ਚ ਟਰਾਂਸਪੇਰੈਂਸੀ ਹੋਣੀ ਚਾਹੀਦੀ ਸੀ ਉਹ ਇਹ ਹੋਈ ਨਹੀਂ ਭਾਵੇਂ ਹੋ ਨਹੀਂ ਪਾਈ ਕਿਉਂਕਿ ਇਹਦੇ ਵਿੱਚ ਜਿੰਨੇ ਕੈਂਡੀਡੇਟਸ ਨੇ ਪੇਪਰ ਦਿੱਤਾ ਸੀ 973 ਕੈਂਡੀਡੇਟਸ ਨੇ ਉਹਨਾਂ ਦਾ ਰਿਜ਼ਲਟ ਨਹੀਂ ਸ਼ੋ ਕੀਤਾ ਸਾਰਿਆਂ ਦਾ ਭਾਵ ਕਿ ਕਿਹੜੇ ਕੈਂਡੀਡੇਟ ਦੇ ਕਿੰਨੇ ਮਾਰਕਸ ਆਇਆ ਤਾਂ ਕਿ ਕੈਂਡੀਡੇਟ ਨੂੰ ਪਤਾ ਲੱਗ ਪਾਉਂਦਾ ਕਿ ਕਿੰਨੇ ਮਾਰਕਸ ਹੈ ਕਿੰਨੇ ਉਹਦੇ ਘਟਦੇ ਕਿੰਨੇ ਵਧਦੇ ਜੋ ਵੀ ਹੈ ਠੀਕ ਹੈ ਤਾਂ ਉਮੀਦ ਹੈ ਕਿ ਪੀਯੂ ਜਿਨ੍ਹਾਂ ਨੇ ਐਗਜ਼ਾਮ ਕੰਡਕਟ ਕੀਤਾ ਹੈ ਉਹ ਜਲਦ ਤੋਂ ਜਲਦ ਇਹ ਲਿਸਟ ਵੀ ਸਾਰੇ ਕੈਂਡੀਡੇਟਸ ਦੀ ਜ਼ਰੂਰ ਪਾਣਗੇ ਕਿਹੜੇ ਕੈਂਡੀਡੇਟ ਦੇ ਕਿੰਨੇ ਮਾਰਕਸ ਬਣਦੇ ਆ ਠੀਕ ਆ ਤਾਂ ਕਿ ਕੈਂਡੀਡੇਟਸ ਦੇ ਵਿੱਚ ਕੋਈ ਵੀ ਕਨਫਿਊਜ਼ਨ ਇਹਦੀ ਕ੍ਰੀਏਟ ਨਾ ਹੋਵੇ ਤੇ ਜਿਹੜੇ ਵੀ ਕੈਂਡੀਡੇਟ ਸ਼ਾਰਟਲਿਸਟ ਹੋਇਆ ਸਾਡੇ ਵੱਲੋਂ ਆਲ ਦੀ ਬੈਸਟ ਹੋਣਾ ਸਾਰੇ ਕੈਂਡੀਡੇਟਸ ਨੂੰ ਇੰਟਰਵਿਊ ਲਈ ਆਲ ਦੀ ਬੈਸਟ ਤੇ ਬਾਕੀ ਦੇ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਜੁੜੇ ਰਹੋ ਟੈਲੀਗ੍ਰਾਮ ਤੋਂ ਤੁਹਾਨੂੰ ਲਿੰਕ ਮਿਲ ਜੇਗਾ ਸਾਰੇ ਇਹਨਾਂ ਜੋ ਵੀ ਪੀਡੀਐਫ ਫਾਈਲਜ਼ ਆਈਆਂ ਨੇ ਤੇ ਆਲ ਦੀ ਬੈਸਟ ਦੋਸਤੋ ਧੰਨਵਾਦ ਸਾਸਿਕਾ